ਨਾਲ ਹੰਦੀ ਉਹਨੇ ਮੰਮੀ ਕਹਿਣਾ ਨਹੀਂ ਸਿੱਖਿਆ ਸੀ ਪਰ ਜੈ ਗੁਰਦੇਵ ਜੈ ਭੀਮ ਕਹਿਣਾ ਸਿੱਖ ਲਿਆ ਸੀ। ਜੇ ਇੱਕ ਬੱਚਾ ਸਾਡਾ ਮਿਸ਼ਨ ਲੈ ਕੇ ਚੱਲ ਪਾਵੇ ਤਾਂ 27 ਕਰੋੜ ਦਾ ਲਾਣਾ ਆਇਆ ਸਾਡਾ 27 ਕਰੋੜ ਦਾ ਲਾਣਾ। ਕਹਿੰਦੇ ਅੱਜ ਬਾਬਾ ਸਾਹਿਬ ਦੇ ਕਰਕੇ ਚੰਗਾ ਖਾਂਦੇ ਪੀਂਦੇ ਹਾਂ, ਹੱਕ ਬਾਂਦੇ ਹਾਂ, ਦਵਾਤੇ ਜ਼ਿੰਦਗੀ ਐਸ਼ ਦੀ ਜੀਨੇ ਹਾਂ। ਸਾਨੂੰ ਗੁਰੂ ਘਰਾਂ ਵਿੱਚ ਭੀਮ ਦਾ ਮਾਣ ਵਧਾਉਣਾ ਚਾਹੀਦਾ, ਫੋਟੋ ਗੁਰੂ ਰਵਿਦਾਸ ਦੇ ਨਾਲ ਭੀਮ ਦਾ ਲਾਉਣਾ ਚਾਹੀਦਾ।